ਨਿਸ਼ਾਨ ਦਿਖਾ ਦੇਣਾ ਤੁਹਾਨੂੰ ਸੁਪਰਡੈਂਟ ਹੈਗਾ ਸਾਡੇ ਆਨੰਦਗੜ੍ਹ ਠੀਕ ਆ ਤੇ ਨੰਬਰ 2 ਰਾਤ ਨੂੰ 12:30 ਵਜੇ ਅੱਧਾ ਘੰਟਾ ਲਾਇਆ ਮੇਰੇ ਬਈ ਪ੍ਰਸ਼ਾਸਨ ਨੇ ਅੰਦਰ ਤਾਂ ਗਿਆ ਚੱਲਣਾ ਅੰਦਰ ਤਾਂ ਬੰਦੇ ਹੀ ਆ ਪਰ ਪ੍ਰਸ਼ਾਸਨ ਨੇ ਰਾਤ 2 ਮਹੀਨੇ ਤੋਂ ਬਾਅਦ ਕੱਲ ਫੇਰ ਕੱਢਿਆ ਕੱਲ ਫੇਰ ਬੰਦ ਕਰਤਾ ਚੱਕੀਆਂ ਦੇ ਵਿੱਚ ਬੰਦੇ ਆ ਕਿੰਨੇ ਜਣਾਂ ਨੇ ਕੁੱਟਿਆ ਤੁਹਾਨੂੰ ਸਰਕਾਰੀ ਰੋਟੀ ਇਹ ਸਾਨੂੰ ਮੈਨੂੰ ਪੰਜ ਜਣਾਂ ਨੇ ਕੁੱਟਿਆ ਬਾਈ ਕੀ ਕੌਣ ਸੀਗੇ ਪੰਜ ਜਣੇ ਪੰਜ ਜਣੇ ਚੀਨਾ ਮੁੰਡਾ ਕੈਦੀ ਆ ਸੁਮੀ ਤੇ ਆ ਇੱਕ ਮੁੰਡਾ ਹੋਰ ਹੈ ਜਸੜ ਜਸੜ ਕੀ ਚੀਜ਼ ਨਾਲ ਘਰ ਦੇ ਬਾਹਰ ਕੀਤਾ ਮੇਰੇ ਤੇ ਖੜੇ ਡੋਲੂ ਸਾਰੇ ਦਾ ਮੇਰੇ ਬਾਹਰ ਕੋਈ ਫੜਨਾ ਸਾਡੇ ਆਨੰਦਗੜ੍ਹ ਆ ਠੀਕ ਆ ਕਿਸੇ ਨੇ ਸੁਣਵਾਈ ਨੀ ਕਰੀ ਹੈਗੀ ਇੱਥੇ ਲੈ ਆਏ ਠੀਕ ਆ ਫੋਨ ਪਿੱਛੇ ਲੜੇ ਫੋਨ ਉਧਰ ਸਰ ਇੱਕ ਕੱਲ ਲੜਾਈ ਹੋਈ ਹੈ ਕੋਈ ਕੈਦੀਆਂ ਦੀ ਸਰ ਉਹਦੇ ਬਾਰੇ ਮਾਮਲਾ ਥੋੜਾ ਬਰੀਫ ਕਰ ਦੋਗੇ ਕੀ ਮਾਮਲਾ ਹੋਇਆ ਅੰਦਰ ਉਹ ਬਸ ਲੜਦੇ ਹੁਣ ਬੈਠ ਕੇ ਵਿੱਚ ਚਾਰਜਰ ਨੂੰ ਲੈ ਕੇ ਜਿਹੜਾ ਇਹ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਸਿਰ 'ਚ ਕੜੇ ਕੁੜੇ ਮਾਰੇ ਆ ਸਰ ਕੜੇ ਫਿਰ ਕੜਾ ਦੇਖੋ ਮੋਟਾ ਕੜਾ ਤਾਂ ਅਸੀਂ ਪਾਉਣ ਨੀ ਦਿੰਦੇ ਅੰਦਰ ਜੀ ਜੀ ਮਾੜਾ ਮੋਟਾ ਕੜਾ ਕਈ ਵਾਰੀ ਹੁਣ ਆਪਾਂ ਬਿਲਕੁਲ ਕੜੇ ਨੂੰ ਨਹੀਂ ਲਹਾ ਸਕਦੇ ਉਹਦੇ ਲਈ ਧਾਰਮਿਕ ਇਸ਼ੂ ਬਣ ਜਾਂਦਾ ਕਈ ਵਾਰੀ ਜੀ 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 ਛੋਟਾ ਮੋਟਾ ਕੜਾ ਕਈ ਵਾਰੀ ਪਾਇਆ ਹੁੰਦਾ ਤੇ ਉਹ ਫਿਰ ਕੜਾ ਕੁੜਾ ਮਾਰਤਾ ਉਹਨਾਂ ਨੇ ਫੋਨ ਪਿੱਛੇ ਹੀ ਸ਼ਾਇਦ ਕੋਈ ਹੋਈ ਸੀਗੀ ਗੱਲ ਤੇ ਉਹ ਫਿਰ ਫੋਨ ਰਿਕਵਰ ਕਰ ਲਿਆ ਸੀਗਾ ਜੀ ਸੁਬਹ ਸਰ ਲੇਕਿਨ ਇਹਨਾਂ ਦੀ ਹੁਣ ਕੀ ਕਾਰਵਾਈ ਕੀ ਕੀਤੀ ਜਾਊਗੀ ਕਿਉਂਕਿ ਜਿਹੜਾ ਪਹਿਲਾਂ ਵੀ ਜਿਹੜਾ ਵੀਡੀਓ ਵਾਇਰਲ ਹੁੰਦੀ ਹੈ ਕਿ ਅੰਦਰ ਜਿਹੜੇ ਫੋਨ ਆਖਰ ਕਿੱਥੋਂ ਆ ਜਾਂਦੇ ਇਹਨਾਂ ਕੋਲ ਕਿਉਂਕਿ ਮੈਂ ਚਾਰਜਰ ਨੂੰ ਲੈ ਕੇ ਆਖਰ ਹੋਈ ਹੈ ਲੜਾਈ ਤੇ ਫਿਰ ਇਹਦਾ ਮਤਲਬ ਫੋਨ ਅੰਦਰ ਆਉਂਦੇ ਆ ਤੇ ਸਰ ਇਸ ਦੀ ਕੀ ਮਤਲਬ ਛਾਣਬੀਨ ਕੀਤੀ ਜਾਊਗੀ ਤੁਹਾਡੇ ਵੱਲੋਂ ਫੋਨ ਕੱਲ ਦੇਖੋ ਕੱਲ ਇੱਕ ਅਸੀਂ ਬੰਦਾ ਪੇਸ਼ੀ ਤੇ ਗਿਆ ਸੀ ਉਹਦੇ ਬੋਡੀ ਪਾਰਟ ਚੋਂ ਫੋਨ ਕੱਢਿਆ ਜੀ ਜੀ ਉਹ ਤਾਂ ਸਾਨੂੰ ਇਨਫੋਰਮੇਸ਼ਨ ਚਲੋ ਮਾੜੀ ਮੋਟੀ ਸੀਗੀ ਵੀ ਇਹ ਬੰਦਾ ਇੱਦਾਂ ਕਰ ਸਕਦਾ ਕਾਰਵਾਈ ਅਸੀਂ ਉਹਨੂੰ ਚੈੱਕ ਕਰ ਲਿਆ ਉਸ ਤਰੀਕੇ ਨਾਲ ਤੇ ਮਤਲਬ ਉਹ ਫੜਿਆ ਗਿਆ ਠੀਕ ਹੈ ਜੀ ਤੇ ਕਿੰਨੇ ਬੰਦਾ 400 ਪੇਸ਼ੀ ਤੇ ਜਾਂਦਾ ਸਾਡਾ 300 ਤੋਂ ਲੈ ਕੇ 400 ਤੱਕ ਜੀ 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 300 ਤੇ 400 ਇੰਨੇ ਬੰਦਿਆਂ ਨੂੰ ਉਸ ਤਰੀਕੇ ਨਾਲ ਤਾਂ ਨਾ ਫੜੋਲਿਆ ਜਾ ਸਕਦਾ ਜੀ 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 ਜੇ ਹੁਣ ਉਹਦਾ ਵੀ ਕੱਲ ਨਾਮ ਪਹਿਲਾਂ ਇਨਫੋਰਮੇਸ਼ਨ ਹੁੰਦੀ ਤੇ ਫਿਰ ਉਹ ਵੀ ਅੰਦਰ ਚਲ ਜਾਣਾ ਸੀ ਜੀ ਜੀ ਤੇ ਸਰ ਹੁਣ ਇਹਨਾਂ ਹਾਂਜੀ ਹਾਂਜੀ ਜਿਹੜੇ ਛੋਟੇ ਫੋਨ ਆ 2-2 3-3 ਵੀ ਪਾ ਲਏ ਹੁੰਦੇ ਜੀ ਜੀ ਤੇ ਸਰ ਹੁਣ ਇਹਨਾਂ ਦੇ ਕੀ ਇਹਨਾਂ ਦੇ ਕੋਈ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਹੁਣ ਇਹਦਾ ਫੋਨ ਇਹਨਾਂ ਕਾਰਵਾਈ ਪਰਚਾ ਦਰਜ ਕਰਾਵਾਂਗੇ ਜੇ ਜਿਹੜਾ ਫੋਨ ਕਵਰ ਹੈ ਫੋਨ ਦਾ ਪਰਚਾ ਦਰਜ ਕਰਾਵਾਂਗੇ ਇੱਕ ਦੋ ਸੱਟਾਂ ਵਿੱਚੀਆਂ ਬਸ ਪਰਚਾ ਕਰਾ ਦੇ ਜੀ ਜੀ ਤੇ ਸਰ ਇਹ ਕੀ ਕੈਦੀਆਂ ਦਾ ਨਾਂ ਕੀ ਹੈ ਜਿਨ੍ਹਾਂ ਵੱਲੋਂ ਲੜਾਈ ਹੋਈ ਹੈ
ਚਲੋ ਠੀਕ ਹੈ ਸਰ, ਧੰਨਵਾਦ ਜੀ, ਧੰਨਵਾਦ ਜੀ।